ਏਐਸਆਈ ਚਮਨ ਲਾਲ ਨੇ ਚੰਡੀਗੜ੍ਹ ਚੌਂਕ 'ਚ ਡਿੱਗਿਆ ਹੋਇਆ ਪਰਸ ਕੀਤਾ ਅਸਲ ਮਾਲਕ ਦੇ ਹਵਾਲੇ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ 26 ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰੇ 12 ਵਜੇ ਚੰਡੀਗੜ੍ਹ ਚੌਂਕ ਵਿਖੇ ਮਿਲੀ ਜਾਣਕਾਰੀ ਮੁਤਾਬਕ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਵਿਅਕਤੀ ਦਾ ਪਿਛਲੇ ਵੀਰਵਾਰ ਨੂੰ ਚੰਡੀਗੜ੍ਹ ਚੌਂਕ 'ਚ ਪਰਸ ਗਿਰ ਗਿਆ ਸੀ ਅਤੇ ਏਐਸਆਈ ਚਮਨ ਲਾਲ ਨੇ ਫੋਨ ਨੰਬਰ ਪਤਾ ਕਰਕੇ ਅਸਲੀ ਮਾਲਕ ਦੇ ਹਵਾਲੇ ਉਸ ਦਾ ਪਰਸ ਅੱਜ ਚੰਡੀਗੜ੍ਹ ਚੌਂਕ ਵਿਖੇ ਉਸ ਨੂੰ ਵਾਪਸ ਕੀਤਾ। ਆਓ ਸੁਣਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ, ਜਿਸ ਵਿਅਕਤੀ ਦਾ ਪਾਰਸ ਲੱਭਿਆ ਹੈ ਉਹ ਕੀ ਕਹਿੰਦਾ ਹੈ ਅਤੇ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਲ ਸਿੰਘ ਕੀ ਕਹਿੰਦੇ ਹਨ। ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ। ਕੀ ਨਾਮ ਆਪਣਾ ਭਾਅ ਜੀ? ਮੇਰਾ ਨਾਮ ਕਿਹੜਾ ਪਿੰਡ ਹੈਗਾ? ਮੇਰਾ ਪਿੰਡ ਪਾਸਪੁਰ ਭਾਅ ਜੀ। ਇਹ ਪਰਸ ਤੁਹਾਡਾ ਕਦੋਂ ਗੁੰਮ ਹੋਇਆ, ਕਿੱਥੇ ਗੁੰਮ ਹੋਇਆ? ਪਰਸ ਜੀ ਪਿਛਲੇ ਵੀਰਵਾਰੀ ਇੱਥੇ ਚੰਡੀਗੜ੍ਹ ਚੌਂਕ 'ਚ ਗਿਰ ਗਿਆ ਸੀਗਾ। ਅੱਛਾ ਜੀ। ਬਹੁਤ ਲੱਭਿਆ ਮੈਨੂੰ ਮਿਲ ਰਿਹਾ। ਅਤੇ ਅੱਜ ਤੁਹਾਨੂੰ ਜਿਹੜਾ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਪਰਸ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈਗਾ? ਮੇਰਾ ਪੰਜਾਬ ਪੁਲਿਸ ਨੇ ਮੈਨੂੰ ਪਰਸ ਲੱਭ ਕੇ ਦਿੱਤਾ ਜੀ। ਚਮਨ ਲਾਲ ਏਐਸਆਈ ਜੀ ਮੈਨੂੰ ਫੋਨ ਕੀਤਾ, ਤੁਹਾਡਾ ਪਰਸ ਮੈਨੂੰ ਬਹੁਤ, ਮੈਂ ਦਿਲ ਦੀਆਂ ਗਵਾਹੀਆਂ ਦੇ ਧੰਨਵਾਦ ਕਰਦਾ ਜੀ। ਕਿੰਨੇ ਪੈਸੇ ਸੀਗੇ ਪੂਰੇ ਤੁਹਾਡੇ? ਪੈਸੇ ਮੇਰੇ ਦੋ ਡਾਕੂਮੈਂਟ ਸੀਗੇ ਵਿੱਚ ਪੂਰੇ ਆ ਜੀ। ਠੀਕ ਆ। ਟ੍ਰੈਫਿਕ ਮੈਡਮ ਮਨਪ੍ਰੀਤ ਕੌਰ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਮੈਨੂੰ ਮੇਰਾ ਪਰਸ ਮੈਨੂੰ ਗਿਆ। ਅਤੇ ਭਾਅ ਜੀ ਪਰਸ ਕਦੋਂ ਗੁੰਮ ਹੋਇਆ, ਤੁਹਾਨੂੰ ਕਦੋਂ ਮਿਲਿਆ ਜੀ? ਇਹਨਾਂ ਦਾ ਸਾਨੂੰ ਪਰਸ ਚਮਨ ਲਾਲ ਜੀ ਨੂੰ ਪਰਸ ਮਿਲਿਆ ਵੀਰਵਾਰੀ, ਅਸੀਂ ਉਹਦੇ ਵਿੱਚ ਇਹਨਾਂ ਦਾ ਕੋਈ ਵੀ ਸਾਨੂੰ ਜਿਹੜਾ ਇਹਨਾਂ ਨਾਲ ਸੰਪਰਕ ਕੀਤਾ ਸੀ, ਪਹਿਲਾਂ ਨਹੀਂ ਹੋ ਰਿਹਾ ਸੀਗਾ ਇਹਨਾਂ ਨਾਲ, ਫਿਰ ਅਸੀਂ ਸੰਪਰਕ ਕੀਤਾ ਅੱਜ ਵੀ ਤੁਹਾਡਾ ਪਰਸ ਆ ਗੁੰਮ ਹੋਇਆ, ਵੀ ਇਹਨਾਂ ਨੇ ਕਿਹਾ ਹਾਂ ਮੈਂ ਕਈ ਦਿਨ ਤੋਂ ਪਰਸ ਗੁੰਮ ਹੋਇਆ ਮੇਰਾ ਵੀਰਵਾਰ ਤੋਂ, ਅਤੇ ਮੈਂ ਨਵੇਂ ਸ਼ਹਿਰ ਨੂੰ ਆਪਣੇ ਘਰੇਲੂ ਕੰਮ ਗਿਆ ਸੀਗਾ, ਮੇਰਾ ਪਰਸ ਮਿਲ ਗਿਆ ਸੀਗਾ। ਇਹਨਾਂ ਨੂੰ ਫਿਰ ਅਸੀਂ ਅੱਜ ਬੁਲਾਇਆ, ਬੁਲਾ ਕੇ ਇਹਨਾਂ ਨੂੰ ਇਹਨਾਂ ਦਾ ਪਰਸ ਇਹਨਾਂ ਨੂੰ ਚੈੱਕ ਕਰਾਇਆ ਵੀ ਤੁਹਾਡਾ, ਇਹਨਾਂ ਨੂੰ ਦੱਸਿਆ ਵੀ ਹਾਂ ਮੇਰੇ ਡਾਕੂਮੈਂਟਾਂ ਵਿੱਚ ਕਾਫੀ ਬੈਂਕਾਂ ਦੇ ਹੋਰ ਕਾਗਜ਼ ਜ਼ਰੂਰੀ ਆ, ਪੈਸੇ ਆ, ਇਹਨਾਂ ਚੈੱਕ ਕੀਤੇ, ਇਹਨਾਂ ਨੂੰ ਦੱਸਿਆ ਵੀ ਕਹਿੰਦੇ ਬਿਲਕੁਲ ਪੂਰੇ ਆ, ਇਹਨਾਂ ਨੇ ਸਾਨੂੰ ਮਿਲ ਕੇ ਸਾਡਾ ਬਹੁਤ ਨੰਬਰ ਦਿੱਤਾ, ਇਹਨਾਂ ਸਾਨੂੰ ਇਹ ਵੀ ਗੱਲ ਕਹੀ ਆ ਵੀ ਚਾਹੇ ਬੇਸ਼ੱਕ ਲੋਕ ਉਹ ਤਾਈਆਂ ਦੇਖ ਜਾਂਦੇ ਆ, ਪਰ ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਪੁਲਿਸ 'ਤੇ ਵੀ ਪੁਲਿਸ ਪੂਰਾ ਮਾਮਲਾ ਜਿਹਾ ਸੂ ਦੇ ਰਹੀ ਆ, ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਕੇ ਲੋਕਾਂ ਦਾ ਸਹਿਯੋਗ ਕਰ ਰਹੀ ਆ, ਲੋਕਾਂ ਦੀ ਸੁਰੱਖਿਆ ਕਰ ਰਹੀ ਆ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ, 9876349499 'ਤੇ ਫੋਨ ਕਰੋ, 9876349499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9876349499। ਬੀਤੇ ਦਿਨ ST ਸੋਲਡਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਕਰਵਾਏ ਗਏ ਸਾਲਾਨਾ ਫੰਕਸ਼ਨ ਵਿੱਚ ਹਲਕਾ ਇੰਚਾਰਜ ਸ਼੍ਰੀ ਕੁਲਜੀਤ ਸਰਾਲ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਗਈ। ਵਿਦਿਆਰਥੀਆਂ ਨੂੰ ਖੇਡਾਂ ਵੱਲ ਅਤੇ ਚੰਗੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਗਿਆ। ਚੰਗੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ ਅਤੇ ਸ਼੍ਰੀ ਕੁਲਜੀਤ ਸਰਾਲ ਵੱਲੋਂ ਕਿਹਾ ਗਿਆ ਕਿ ਮੈਂ ਸਮੂਹ ਸਕੂਲ ਸਟਾਫ ਅਤੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਮਾਣ ਸਨਮਾਨ ਦਾ ਸਦਾ ਰਿਣੀ ਰਹਾਂਗਾ।
ਤੁਸੀਂ ਦੇਖਣ ਜਾ ਰਹੇ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਤਸਵੀਰਾਂ ਰਾਹੀਂ ਇਸ ਪ੍ਰੋਗਰਾਮ ਦੀ ਵਿਸ਼ੇਸ਼ ਰਿਪੋਰਟ। ਵੀਡੀਓ ਨੂੰ ਦੇਖਦੇ ਸਾਰ ਹੀ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ।